ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿਰਫ ਇੱਕ ਵੈਰੈਟੀ ਬਾਰੇ ਗੱਲ ਕਰਾਂਗੇ ਉਹ ਹੈ PR126 PR126 ਨੂੰ ਸਾਰੇ ਭਲੀ ਭਾਂਤੀ ਜਾਣਦੇ ਨੇ ਬਹੁਤ ਜ਼ਿਆਦਾ ਰਕਬੇ ਤੇ ਇਹਦੀ ਲਵਾਈ ਹੁੰਦੀ ਹੈ ਤੇ ਖਾਸ ਕਰਕੇ ਜਿਹੜੇ ਮੱਕੀ ਦੀ ਅਚਾਰ ਵਾਲੇ ਬਾਣ ਨੇ ਉਹ ਚ 80 ਤੋਂ 90% 126 ਦੀ ਲਵਾਈ ਹੁੰਦੀ ਹੈ ਬਾਕੀ ਕਈ ਕਿਸਾਨ ਉਥੇ 1509 ਦੀ ਲਵਾਈ ਵੀ ਕਰਦੇ ਨੇ ਪਰ ਜ਼ਿਆਦਾਤਰ ਚੋਣ ਕਿਸਾਨਾਂ ਦੀ ਜਿਹੜੀ ਲੇਟ ਵੈਰੈਟੀ ਦੇ ਵਿੱਚ ਪੀਆਰ ਕਿਸਮਾਂ ਚ ਉਹ 126 ਨੂੰ ਹੀ ਹਮੇਸ਼ਾ ਤਰਜੀਹ ਦਿੰਦੇ ਨੇ ਤੇ 126 ਬਾਰੇ ਸਾਰੇ ਜਾਣਦੇ ਹੋ ਜੀ ਕੋਈ ਸ਼ੱਕ ਨਹੀਂ ਕਿ ਪੋਟੈਂਸ਼ੀਅਲ ਬਹੁਤ ਹੈ ਤੁਸੀਂ ਜੇਕਰ ਚੰਗੀ ਮੈਨੇਜਮੈਂਟ ਕਰਦੇ ਹੋ 126 ਦੀ ਤਾਂ ਯਕੀਨਨ ਕਈ ਕਿਸਾਨ 40 ਕੁਇੰਟਲ ਤੱਕ ਵੀ ਝਾੜ ਕੱਢਿਆ ਹੈ ਕਿੰਜਨੇ ਤਿਤੋ ਤੇ 36 37 ਕੁਇੰਟਲ ਦਾ ਤਾਂ ਅਸੀਂ ਆਪ ਕਹਿ ਸਕਦੇ ਹਾਂ ਕਿ 36 37 ਕੁਇੰਟਲ ਤੱਕ ਸਾਡੇ ਬਾਣਾ ਚ ਪਹੁੰਚੀ ਹੈ ਕਈ ਕਿਸਾਨ 40 ਕੁਇੰਟਲ ਲਾਏ ਵੀ ਨੇ ਮੈਸੇਜ ਕਰਦੇ ਨੇ ਕਈ ਵਾਰ ਗੱਲਬਾਤ ਵੀ ਹੁੰਦੀ ਹੈ ਤੇ ਕਿਸਾਨ ਅਕਸਰ ਇੱਕੋ ਸਵਾਲ ਕਰਦੇ ਨੇ ਕਿ ਪੀ ਆਰ 126 ਬੁੱਟਾ ਬਹੁਤ ਕੱਟ ਮਾਰਦੀ ਹੈ ਫਟਾਰਾ ਕੱਟ ਕਰਦੀ ਹੈ ਤੇ ਦੂਸਰਾ ਕਿ ਕਈ ਵਾਰ ਨਿਕਾਲਕ ਕਟ ਜਾਂਦਾ ਹੈ ਝਾੜ ਕਟ ਜਾਂਦਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਨਿੱਕੀਆਂ ਨਿੱਕੀਆਂ ਦੋ ਤਿੰਨ ਗੱਲਾਂ ਦੱਸੂਗਾ ਪੀਆਰ 126 ਝਾੜ ਵੀ ਫੁੱਲ ਦੇਊਗੀ ਫਟਾਰਾ ਵੀ ਫੁੱਲ ਹੋਊਗਾ ਤੇ ਸਭ ਤੋਂ ਵੱਡੀ ਗੱਲ ਕਿ ਖਾਦਾਂ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਕਿਸ ਸਮੇਂ ਕਰਨਾ ਹੈ ਕਿਉਂਕਿ ਪੀਆਰ 126 ਦੇ ਵਿੱਚ ਮੈਂ ਸਭ ਤੋਂ ਪਹਿਲਾਂ ਇਹ ਗੱਲ ਤੁਹਾਨੂੰ ਦੱਸ ਦਿਨਾ ਕਿ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਉਹ ਸਾਡੇ ਕਿਸਾਨਾਂ ਦੇ ਤਜਰਬੇ ਨੇ ਨਾ ਕਿ ਆਪਾਂ ਕਹਿ ਦਈਏ ਕਿ ਕਿਸੇ ਤੋਂ ਪੁੱਛੀਆਂ ਹੋਈਆਂ ਪੀਆਰ 126 ਬਾਕੀਆਂ ਨਾਲੋਂ ਖਾਦ ਜ਼ਿਆਦਾ ਲੈਂਦੀ ਹੈ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਤੇ ਬੁੱਟਾ ਕਿੱਦਾਂ ਬਣੂਗਾ ਉਹਦੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਤਾਂ ਪੀਆਰ 126 ਦੀ ਜਦ ਤੁਸੀਂ ਲਵਾਈ ਕਰਾਉਣੀ ਹੈ ਹਮੇਸ਼ਾ ਧਿਆਨ ਰੱਖਿਓ ਕਿ ਉਹਨੂੰ ਸੰਘਣਾ ਲਵਾਉਣਾ ਹੈ ਜਿੰਨਾ ਸੰਘਣਾ ਹੋ ਸਕੇ ਉਹਨਾਂ ਪੀਆਰ 126 ਨੂੰ ਲਵਾਓ ਜੇਕਰ ਜ਼ਿਆਦਾ ਨਹੀਂ ਤਾਂ ਘੱਟੋ-ਘੱਟ ਮੀਟਰ ਵਰਗ ਦੇ ਵਿੱਚ ਮੀਟਰ ਬਾਈ ਮੀਟਰ ਵਰਗ ਦੇ ਵਿੱਚ ਘੱਟੋ-ਘੱਟ 30 ਤੋਂ ਪਲੱਸ ਬੁੱਟੇ ਜ਼ਰੂਰ ਹੋਣ ਕਿਉਂਕਿ ਆਪਾਂ ਨੂੰ ਇਹ ਦਿੱਕਤ ਆਉਂਦੀ ਹੈ ਕਿ ਕਈ ਵਾਰ ਪ੍ਰਵਾਸੀ ਮਜ਼ਦੂਰ ਜਿਹੜੇ ਹੁੰਦੇ ਨੇ ਭਈਆਂ ਦੀ ਲੇਬਰ ਹੁੰਦੀ ਆ ਉਹ ਥੋੜੀ ਛਿੱਧੀ ਲਾ ਦਿੰਦੇ ਨੇ ਜਿਹੜੀ ਤੇ ਉਹਦੇ ਵਿੱਚ ਵੀ ਦਿੱਕਤ ਆਉਂਦੀ ਹੈ ਤੇ ਦੂਸਰੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਬੁੱਟਾ ਮਾਰਨ ਦੀ ਤੇ ਖਾਦ ਮੈਂ ਇਕੱਠੀ ਤੁਹਾਨੂੰ ਦੱਸ ਰਿਆਂ ਕਿ ਪੀਆਰ 126 ਜਦੋਂ ਤੁਹਾਡੀ 25 ਦਿਨ ਤੋਂ ਉੱਪਰ ਹੋ ਜੇ ਲਵਾਈ ਤੋਂ ਪਨੀਰੀ ਪੁੱਟ ਕੇ ਲਾਉਣ ਤੋਂ ਜਦੋਂ 25 ਦਿਨ ਦੀ ਹੋ ਜੇ ਤਾਂ ਉਹਨੂੰ ਇੱਕ ਸਪਰੇਅ ਤੁਸੀਂ ਜ਼ਰੂਰ ਕਰਨਾ ਕਿਉਂਕਿ 30 ਦਿਨ ਤੋਂ ਬਾਅਦ ਇਹਦਾ ਟਿਲਰਿੰਗ ਸਟੇਜ ਸਟਾਰਟ ਹੋ ਜਾਂਦੀ ਹੈ ਇਹਦੀ ਫਿਰ ਉਹ ਤੋਂ ਬਾਅਦ ਐਕਟਿਵ ਟਿਲਰਿੰਗ ਸਟੇਜ ਹੁੰਦੀ ਹੈ ਪਰ 25 26 27 28 ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਸੀਂ ਇੱਕ ਸਪਰੇਅ PR126 ਤੇ ਕਰ ਦਿੰਨੇ ਹੋ ਤੇ 27-28 ਦਿਨਾਂ ਤੇ ਯੂਰੀਏ ਦਾ ਇੱਕ ਬੈਗ ਤਾਂ ਅੱਗੇ ਜਾ ਕੇ ਜਦੋਂ ਟੇਲਰਿੰਗ ਸਟੇਜ ਆਉਂਦੀ ਹੈ ਤਾਂ PR126 ਬਹੁਤ ਵਧੀਆ ਫਟਾਰਾ ਕਰਦੀ ਹੈ ਕਿਉਂਕਿ ਇਸ ਸਮੇਂ PR126 ਨੂੰ ਨਾਈਟ੍ਰੋਜਨ ਤੇ ਤਾਕਤ ਆਪਾਂ ਜਿਹਨੂੰ ਕਹਿੰਦੇ ਆ ਮਾਈਕਰੋ ਨਿਊਟ੍ਰੀਐਂਟ ਦੀ ਤਾਕਤ ਜਿਹਦੇ ਵਿੱਚ ਜ਼ਿੰਕ ਹੋ ਗਿਆ ਸਲਫਰ ਹੋ ਗਿਆ ਤੇ ਨਾਈਟrogen ਵੀ ਹੋਗੀ ਲੋਹਾ ਤੱਤ ਹੋ ਗਿਆ ਉਹਦੀ ਭਰਪੂਰ ਮਾਤਰਾ ਚਾਹੀਦੀ ਹੁੰਦੀ ਹੈ ਤੁਸੀਂ 25 ਦਿਨ ਤੋਂ ਬਾਅਦ 27 28 ਦਿਨ ਤੱਕ ਉਹਤੇ ਇੱਕ ਸਪਰੇਅ ਕਰੋ ਜਿਹੜਾ ਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੇਕਰ ਤੁਹਾਨੂੰ ਟੈਕਨੋ Z ਮਿਲਦਾ ਹੈ ਜਿਸ ਸਲਫਰ 67% ਹੈ ਜ਼ਿੰਕ 14% ਹੈ ਇਹ ਇੱਕ ਮਿਕਸਚਰ ਹੈ ਇਹਦਾ ਤੁਸੀਂ ਸਪਰੇਅ ਕਰਨਾ ਹੈ ਤੇ ਇਹਦੇ ਵਿੱਚ ਤੁਸੀਂ ਯੂਰੀਆ ਮਿਲਾ ਸਕਦੇ ਹੋ 1.5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਤੇ ਲੋਹਾ ਤੱਤ ਜਿਹੜਾ 19% ਵਾਲਾ ਹੁੰਦਾ ਉਹ ਮਿਲਾ ਸਕਦੇ ਹੋ 500 ਤੋਂ 700 ਗ੍ਰਾਮ ਪ੍ਰਤੀ ਏਕੜ ਤੇ ਇਹਦੀ ਜਿਹੜੀ ਤੁਸੀਂ ਮਿਕਦਾਰ ਲੈਣੀ ਹੈ ਪੀਆ 126 ਲਈ ਉਹ ਵੀ ਤੁਸੀਂ 500 ਤੋਂ 700 ਗ੍ਰਾਮ ਪ੍ਰਤੀ ਏਕੜ ਲੈਣੀ ਹੈ ਅਲੱਗ-ਅਲੱਗ ਘੋਲ ਤਿਆਰ ਕਰਕੇ ਤੁਸੀਂ ਇਹਦਾ ਸਪਰੇਅ ਜ਼ਰੂਰ ਕਰਨਾ ਹੈ ਜੇਕਰ ਤੁਹਾਨੂੰ ਕਿਸੇ ਕਾਰਨ ਵਸ਼ ਟੈਕਨੋ ਜ਼ੈਡ ਨਹੀਂ ਮਿਲਦਾ ਵੈਸੇ ਤਾਂ ਮਿਲ ਜਾਣਾ ਮਿਲਣਾ ਚਾਹੀਦਾ ਕਿਉਂਕਿ इजीली ਅਵੇਲੇਬਲ ਹੋ ਜਾਂਦਾ ਹੋਰ ਕਿਸੇ ਕੰਪਨੀ ਦਾ ਵੀ ਮਿਲ ਸਕਦਾ ਤੁਹਾਨੂੰ ਜੇਕਰ ਨਹੀਂ ਮਿਲਦਾ ਤਾਂ ਤੁਸੀਂ ਜ਼ਿੰਕ ਲੈਣਾ ਜੀ 33% 500 ਤੋਂ 800 ਗ੍ਰਾਮ ਤੱਕ ਤੁਸੀਂ ਲੈ ਸਕਦੇ ਹੋ ਲੋਹਾ ਤੱਤ 19% ਵਾਲਾ ਇਹ ਵੀ 500 ਤੋਂ ਲੈ ਕੇ 800 ਗ੍ਰਾਮ ਤੱਕ ਤੁਸੀਂ ਲੈ ਸਕਦੇ ਹੋ ਚੂਨਾ ਕਲੀ ਜਿਹਨੂੰ ਆਪਾਂ ਕਹਿ ਦਿੰਨੇ ਆ ਚਿੱਟਾ ਪਾਊਡਰ ਉਹ ਵੀ ਤੁਸੀਂ 500 ਤੋਂ 700 ਗ੍ਰਾਮ ਪ੍ਰਤੀ ਏਕੜ ਦੀ ਲੈਣੀ ਹੈ ਤੇ ਇਹਦੇ ਵਿੱਚ ਤੁਸੀਂ ਜਿਹੜਾ ਯੂਰੀਆ ਲੈਣਾ ਉਹ 2 ਕਿਲੋ ਪ੍ਰਤੀ ਏਕੜ ਦਾ ਲੈਣਾ ਤੇ ਇਹਦਾ ਵੀ ਤੁਸੀਂ ਅਲੱਗ-ਅਲੱਗ ਮਿਕਸਚਰ ਤਿਆਰ ਕਰਕੇ ਇਹ ਪ੍ਰਤੀ ਏਕੜ ਦੀ ਡੋਜ਼ ਹੈ ਇਹਦਾ ਵੀ ਤੁਸੀਂ ਸਪਰੇਅ ਮਾਰ ਸਕਦੇ ਹੋ ਇਹ ਦੋਨਾਂ ਦੇ ਵਿੱਚੋਂ ਤੁਸੀਂ ਇੱਕ ਸਪਰੇਅ 25 ਤੋਂ ਲੈ ਕੇ 28 29 ਦਿਨਾਂ ਤੱਕ ਪੀ ਆਰ 126 ਤੇ ਜ਼ਰੂਰ ਮਾਰੋ ਇਹਦੇ ਨਾਲ ਸਾਰੇ ਤੱਤਾਂ ਦੀ ਪੂਰਤੀ ਹੋ ਜਾਣੀ ਹੈ ਤੇ ਜਿਹੜੀ ਉਹਨੂੰ ਫਟਾਰੇ ਲਈ ਤੱਤਾਂ ਦੀ ਜ਼ਰੂਰਤ ਹੈ ਤੇ ਨਾਲ ਨਾਈਟ੍ਰੋਜਨ ਦੀ ਵੀ ਅਵੇਲੇਬਿਲਿਟੀ ਹੋ ਜਾਣੀ ਹੈ ਉਸ ਦੇ ਨਾਲ ਨਾਲ ਤੁਸੀਂ 27 ਤੋਂ ਲੈ ਕੇ 28 ਦਿਨ ਤੱਕ 30 ਦਿਨ ਤੋਂ ਬਾਅਦ ਦੀ ਟਿਲਰਿੰਗ ਸਟੇਜ ਸਟਾਰਟ ਹੋ ਜਾਂਦੀ ਆਪਾਂ ਨੂੰ ਜੇ ਫਟਾਰਾ ਕਰਨੇ ਨੇ ਤਾਂ 28 ਕੁ ਦਿਨ ਤੇ ਜਦ ਤੁਸੀਂ ਯੂਰੀਆ ਦੀ ਡੋਜ਼ ਦੇਣੀ ਹੈ ਨੂੰ ਤਾਂ ਇੱਕ ਬੈਗ ਪੂਰਾ ਦਿਓ ਪੂਰਾ ਇੱਕ ਬੈਗ ਤੁਸੀਂ ਦੇਣਾ ਯੂਰੀਆ ਦਾ ਨੂੰ ਤੇ ਉਹਦੂ ਘੱਟ ਨਾ ਦਿਓ ਕਿਉਂਕਿ ਪਹਿਲਾਂ ਜਿੰਨਾ ਪੈ ਗਿਆ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਹਫਤੇ ਬਾਅਦ 6 ਜਾਂ 7 ਦਿਨਾਂ ਬਾਅਦ 25 ਕਿਲੋ ਯੂਰੀਆ ਦੀ ਖਾਦ ਆਪਾਂ ਫੇਰ ਦੇਣੀ ਹੈ ਤੇ ਫੇਰ ਤੁਸੀਂ ਦੇਖਿਓ ਕਿ ਇਹਦਾ ਫਟਾਰਾ ਕਿਉਂ ਨਹੀਂ ਹੁੰਦਾ ਫਟਾਰਾ ਪੂਰਾ ਫੁੱਲ ਹੋਊਗਾ ਕਿਉਂਕਿ ਫਟਾਰੇ ਸਮੇਂ PR126 ਨੂੰ ਨਾਈਟrogen ਤੇ ਮਾਈਕਰੋਨਿਊਟ੍ਰੀਐਂਟ ਜਿਹੜੇ ਆਪਾਂ ਤੱਤ ਦੇਨੇ ਆ ਉਹਨਾਂ ਤੱਤਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੇਕਰ ਇਸ ਸਮੇਂ ਤੁਸੀਂ ਇਹਨਾਂ ਤੱਤਾਂ ਦੀ ਅਵੇਲੇਬਿਲਿਟੀ ਕਰਵਾ ਦਿੰਿਓ ਤਾਂ ਯਕੀਨਨ PR126 ਵੀ ਬਹੁਤ ਸੋਹਣਾ ਫਟਾਰਾ ਕਰਦੀ ਹੈ ਇੱਕ ਵਾਰ ਅਜ਼ਮਾ ਕੇ ਜ਼ਰੂਰ ਦੇਖਿਓ ਹੁਣ ਗੱਲ ਇਹ ਆ ਗਈ ਕਿ PR126 ਜਿਆਦਾ ਖਾਦ ਕਿਉਂ ਲੈਂਦੀ ਹੈ ਬਾਕੀ ਵੈਰੈਟੀਆਂ ਘਟ ਕਿਉਂ ਲੈਂਦੀਆਂ ਨੇ ਇਹਦੇ ਵਿੱਚ ਵੀ ਮੈਂ ਤੁਹਾਨੂੰ ਆਪਣੇ ਤਜਰਬੇ ਦੱਸ ਰਿਆਂ ਤਾਂ ਆਪਾਂ ਪਹਿਲਾਂ ਸੁਪਰੀਮ 110 ਦੀ ਗੱਲ ਕੀਤੀ ਸੀ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਦੋ ਬੈਗ ਤੋਂ ਵੱਧ ਨਾ ਪਾਇਓ ਉਹਦਾ ਦੋ ਬੈਗ ਨਾਲ ਸਰ ਜਾਣਾ ਫਟਾਰਾ ਪੂਰਾ ਫੁੱਲ ਹੋ ਜਾਣਾ ਅਸੀਂ ਸੁਪਰੀਮ 110 'ਚ ਕਦੇ ਦੋ ਬੈਗ ਤੋਂ ਵੱਧ ਨਹੀਂ ਪਾਏ PR128 'ਚ ਮੈਂ ਤੁਹਾਨੂੰ ਦੱਸਿਆ ਸੀ ਉਹ 'ਚ ਵੀ 110 ਕਿਲੋ ਯੂਰੀਆ ਤੈਨੂੰ ਦੱਸੀ ਸੀ ਤੇ ਉਹ ਵੀ 19 ਉਹ ਪਾਉਣਾ ਉਹਦਾ ਵੀ ਉਹਦੇ ਨਾਲ ਫਟਾਰਾ ਪੂਰਾ ਹੋ ਜਾਂਦਾ ਪਰ ਪੀ ਆਰ 126 ਦੇ ਵਿੱਚ ਮੈਂ ਤੈਨੂੰ ਦੱਸਦਾ ਕਿ ਤਿੰਨ ਬੈਗ ਤੁਹਾਡੇ ਲੈਣੇ ਹੀ ਲੈਣੇ ਨੇ ਜੇਕਰ ਤੁਸੀਂ ਇਹਦੇ ਤੋਂ ਵਧੀਆ ਝਾੜ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਦੇ ਕਾਰਨ ਕੀ ਨੇ ਕਿ ਜਿਹੜੇ ਮੱਕੀ ਵਾਲੇ ਬਾਣਾ ਦੇ ਵਿੱਚ ਪੀ ਆਰ 126 ਲੱਗਦੀ ਹੈ ਪਹਿਲਾਂ ਆਪਾਂ ਮੱਕੀ ਦੀ ਫਸਲ ਲੈ ਚੁੱਕੇ ਹੁੰਨੇ ਆ ਕਿ ਜਿਹੜੀ ਬਹੁਤ ਥੋੜੇ ਸਮੇਂ ਚ ਆਪਾਂ ਨੇ ਬਾਧੂ ਖਾਦ ਦੇ ਕੇ ਪਕਾਈ ਹੁੰਦੀ ਹੈ ਸਪਰੇਅ ਤੇ ਸਪਰੇਅ ਕਰਕੇ ਪਕਾਈ ਹੁੰਦੀ ਹੈ ਜ਼ਮੀਨ ਦੀ ਬਹੁਤ ਜ਼ਿਆਦਾ ਤਾਕਤ ਲੈ ਜਾਂਦੀ ਹੈ ਉਹ ਬਹੁਤ ਜ਼ਿਆਦਾ ਜ਼ੋਰ ਲੱਗ ਜਾਂਦਾ ਹੈ ਜ਼ਮੀਨ ਦਾ ਉਹਨੂੰ ਪੂਰੀ ਕਰਨ ਤੇ ਮੱਕੀ ਦੀ ਫਸਲ ਨੂੰ ਪੂਰੀ ਚੜਾਉਣ ਤੇ ਉਸ ਤੋਂ ਬਾਅਦ ਆਪਾਂ ਨੂੰ ਟਾਈਮ ਵੀ ਨਹੀਂ ਮਿਲਦਾ ਕਿ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਇਆ ਜਾਵੇ ਜ਼ਮੀਨ ਨੂੰ ਥੋੜਾ ਟਾਈਮ ਵਿਲਾ ਵੀ ਛੱਡ ਲਈਏ ਨਾਲ ਦੀ ਨਾਲ ਆਪਾਂ ਝੋਨੇ ਦੀ ਲਵਾਈ ਕਰ ਦਿੰਦੇ ਹਾਂ ਜਿਹੜਾ ਦੋ ਫਸਲਾਂ ਦਾ ਗੈਪ ਹੈ ਉਹ ਗੈਪ ਬਹੁਤ ਜ਼ਿਆਦਾ ਘਟ ਜਾਂਦਾ ਹੈ ਖਤਮ ਹੀ ਹੋ ਜਾਂਦਾ ਹੈ ਕਈ ਜਗ੍ਹਾ ਤੇ ਤਾਂ ਇਸ ਵਾਰ ਇਦਾਂ ਹੋਇਆ ਕਿ ਪਾਣੀ ਛੱਡ ਕੇ ਮੱਕੀ ਦਾ ਚਾਰ ਪਿਆ ਤੇ ਉਸੇ ਕੱਦੂ ਦੇ ਵਿੱਚ ਪੀਆਰ 126 ਦੀ ਲਵਾਈ ਹੋ ਗਈ ਇਸ ਲਈ ਮੈਂ ਤੁਹਾਨੂੰ ਕਹਿਣਾ ਕਿ ਪੀਆਰ 126 ਲੇਟ ਵੈਰਾਈ ਜ਼ਰੂਰ ਹੈ ਝਾੜ ਪੂਰਾ ਕੋਈ ਦਿੱਕਤ ਨਹੀਂ ਕੋਈ ਬਿਮਾਰੀ ਨਹੀਂ ਲੱਗਦੀ ਫਟਾਰਾ ਫੁੱਲੂ ਪਰ ਥੋੜੀ ਖਾਦ ਜ਼ਰੂਰ ਜ਼ਿਆਦਾ ਲਓਗੇ ਇਸ ਕਰਕੇ ਤੁਸੀਂ ਹਮੇਸ਼ਾ ਧਿਆਨ ਦੇਣਾ ਕਿ ਜਿਹੜੀ ਤੀਸਰੀ ਡੋਜ਼ ਹੈ 28 ਦਿਨ ਦੇ ਕਰੀਬ ਆਪਾਂ ਪਾਉਣੀ ਹੈ ਉਹ ਪੂਰਾ ਇੱਕ ਬੈਗ ਦੇਣਾ ਤੁਸੀਂ PR 126 ਨੂੰ ਬਾਕੀਆਂ ਦੇ ਵਿੱਚ ਆਪਾਂ ਅੱਧਾ ਬੈਗ ਕਹਿੰਦੇ ਹੁੰਨੇ ਆ ਇੱਕ ਬੈਗ ਦੇਣਾ ਤੇ 25 ਕਿਲੋ ਤੁਸੀਂ ਦੇਣਾ ਇੱਕ ਹਫ਼ਤੇ ਬਾਅਦ ਤਕਰੀਬਨ 35 36 ਦਿਨ ਤੇ ਫਿਰ ਤੁਸੀਂ ਦੇਖਿਓ ਕਿ ਫਟਾਰਾ ਵੀ ਫੁੱਲ ਹੋ ਗ੍ਰੋਥ ਵੀ ਫੁੱਲ ਹੋ ਤੇ ਇੱਕ ਜਿਹੜਾ ਸਪਰੇ ਤੁਹਾਨੂੰ ਦੱਸਿਆ 25 ਦਿਨ ਤੋਂ 28 ਦਿਨ ਦੇ ਵਿੱਚ ਉਹ ਸਪਰੇ ਕਰਨਾ ਹੈ ਉਹ ਸੇਮ ਸਪਰੇ ਤੁਸੀਂ ਰਿਪੀਟ ਕਰਨਾ ਹੈ 10 ਦਿਨਾਂ ਬਾਅਦ ਉਦੋਂ ਬਾਅਦ ਫਿਰ ਤੁਸੀਂ ਕੁਝ ਨਹੀਂ ਕਰਨਾ ਅਗਲੀ ਜਿਹੜੀ ਕਾਰਵਾਈ ਆਪਾਂ ਕਰਨੀ ਹੈ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸ ਦਾਂਗੇ ਫਿਲਹਾਲ ਲਈ ਇੰਨੇ ਹੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ